ਆਪਾਂ ਨੂੰ 30 ਸਾਲ ਬਾਅਦ ਅੱਜ ਮੋਹਾਲੀ ਦੀ ਸੀਬੀਆਈ ਅਦਾਲਤ ਵੱਲੋਂ ਇਨਸਾਫ ਨੂੰ ਮਿਲਿਆ ਹੈ। ਹਾਂਜੀ, ਕੀ ਵਾਕਾ ਸੀ, ਕਿਸ ਕੇਸ ਨੂੰ ਲੈ ਕੇ ਆਪਾਂ 30 ਸਾਲ ਜਦੋਂ ਜਦੋਜਹਿਦ ਕੀਤੀ ਕੋਰਟ 'ਚ? ਇਹ ਮਤਲਬ ਗੁਲਸ਼ਨ ਕੁਮਾਰ ਦਾ ਕੇਸ ਹੈ ਜੀ। ਹਾਂਜੀ, ਕੀ ਮਸਲਾ ਕੀ ਸੀ ਪੂਰਾ ਦੱਸੋ। ਮਤਲਬ ਕਿ ਇਸ ਤਰ੍ਹਾਂ ਹੀ ਸ਼ੁਰੂ ਹੋਏ, ਤੁਸੀਂ ਘਰੋਂ ਸੁੱਤੇ ਸੀ? ਮਤਲਬ ਕਿ ਅਸੀਂ ਚਾਰੇ ਸਾਰੇ ਭਰਾ ਘਰੇ ਸੁੱਤੇ ਹਾਂ, ਪਾਪਾ ਜੀ, ਗੁਲਸ਼ਨ ਕੁਮਾਰ, ਮੈਂ, ਅਸੀਂ ਸੁੱਤੇ ਹਾਂ ਘਰ। ਕੋਈ ਮਾੜੀ ਮੋਟੀ ਦੱਸਦੇ ਕਿ ਸਾਡੀ ਗਲੀ 'ਚ ਬੰਦੇ ਨਾਲ ਵਕੀਲ ਸੀ, ਅਤੇ ਉਹਨੇ ਉਹਦੀ ਦਲਬਾਤ ਸਿੰਘ ਡੀ ਸੀ ਨੇ ਕੋਈ ਬਹਿ ਨਹੀਂ ਖਲਾਉਣੀ, ਉੱਥੋਂ ਮਾੜੀ ਮੋਟੀ ਗਰਮੀ ਨਾਲ ਖੇਬਾਜ਼ੀ ਨਾਲ ਕਰਦੇ ਹਾਂ, ਉਹਨੇ ਸਾਡੇ ਘਰ ਕਿਤੇ ਪੁਲਿਸ ਪਵਾਤੀ, ਅਤੇ ਗੁਲਸ਼ਨ ਕੁਮਾਰ ਨੂੰ ਮੈਨੂੰ ਫੜ ਲਿਆ, ਅਤੇ ਪਾਪਾ ਨੂੰ ਉਠਾ ਲਿਆ, ਦੂਜੇ ਮੁੰਡੇ ਨੂੰ ਉਠਾ ਲਿਆ, ਕੁੜੀ ਨੂੰ ਉਠਾ ਲਿਆ, ਕੁੱਟਣ ਲੱਗ ਪਏ। ਉਹ ਗਲੀ 'ਚ ਰੌਲਾ ਪੈ ਗਿਆ, ਉਹ ਗਲੀ 'ਚ ਰੌਲਾ ਪੈਂਦਿਆਂ ਪੈਂਦਿਆਂ ਗੇਟ ਖੋਲ੍ਹਤਾ ਗਲੀਆਂ, ਅਤੇ ਗਲੀ 'ਚ ਆ ਗਏ ਸੀ, ਅਤੇ ਉਹ ਗਲੀ ਨੇ ਕਿਹਾ ਵੀ ਕੀ ਗੱਲ ਹੋਈ, ਕਹਿੰਦੇ ਇਹਨੂੰ ਲੈ ਕੇ ਜਾਣਾ ਵਾ। ਉਹ ਮਲੋਸਰ ਪ੍ਰਧਾਨ ਕਾਂਗਰਸ ਦਾ ਹੀ ਉੱਠ ਪਿਆ, ਉਹ ਕਹਿੰਦਾ ਵੀ ਕੁੜੀ ਨਹੀਂ ਜਾਣ ਦੇਣੀ, ਇਹਨਾਂ ਨੂੰ ਤੁਸੀਂ ਲੈ ਜਾਓ, ਕੁੜੀ ਸਾਡੀ ਗਲੀ ਦੀ ਧੀ ਆ, ਮਤਲਬ ਕਿ ਬਾਹਮਣ ਬਰਾਦਰੀ 'ਚੋਂ, ਖੱਤਰੀਆਂ 'ਚੋਂ। ਉਹ ਨਹੀਂ ਉਹਨੇ ਜਾਣ ਦਿੱਤੀ, ਇਸ ਤੋਂ ਬਾਅਦ ਸਾਨੂੰ ਠਾਣੇ ਰੱਖਿਆ। ਠਾਣੇ ਤੋਂ ਬਾਅਦ ਮਹੀਨਾ ਮਹੀਨਾ ਇਸ ਤਰ੍ਹਾਂ ਮਹੀਨਾ ਘੁੱਟ ਘੁੱਟ ਕੇ ਮੈਨੂੰ ਛੱਡਦਾ, ਮਹੀਨੇ ਬਾਅਦ ਪਿਤਾ ਨੂੰ ਛੱਡਦਾ, ਪੀਰਵੀਨ ਕੁਮਾਰ ਨੂੰ ਛੱਡਦਾ, ਇਹ ਤਾਂ ਛੱਡਦਾ, ਗੁਲਸ਼ਨ ਕੁਮਾਰ ਨੂੰ ਨਹੀਂ ਛੱਡਿਆ। ਮੈਂ ਤਾਂ ਸਬਜ਼ੀ ਸੁਣਦਾ, ਪਾਪਾ ਜੀ ਨੂੰ ਪਤਾ ਲੱਗਿਆ, ਪਾਪਾ ਜੀ ਨੂੰ ਉਦੋਂ ਪਤਾ ਲੱਗਿਆ ਜਦੋਂ ਪਾਪਾ ਜੀ ਨੇ ਗੁਲਸ਼ਨ ਕੁਮਾਰ ਦੀ ਰੋਟੀ ਲੈ ਕੇ ਸਿਰੀ ਥਾਣੇ ਚੱਲੇ, ਉੱਥੇ ਗਲੀ ਦਾ ਰੋਟੀਆਂ ਲਾਉਂਦਾ ਸੀ। ਉਹਨੇ ਕਿਹਾ ਪਾਪਾ ਜੀ ਵੀ ਗੁਲਸ਼ਨ ਕੁਮਾਰ ਦੀ ਰੋਟੀ ਨਾ ਲਿਓ, ਇਹਨਾਂ ਨੂੰ ਝੂਠਾ ਮੁਕਾ ਦਾ ਪਿਆ, ਕਹਿੰਦੇ ਚਾਰ ਜਣੇ ਮੋਨਿਆਂ ਮੁੰਡਿਆਂ ਨੂੰ ਮਾਰਤਾ ਵਾ। ਨਹੀਂ ਸੌਂਪੀ ਗਈ ਜੀ, ਕੋਈ ਫੁੱਲ ਨਹੀਂ ਦਿੱਤੇ। ਉਹ ਇਸ ਤਰ੍ਹਾਂ ਦਿੱਤੇ ਵੀ ਉਹ ਸਾਡੇ ਜਿਹੜੀਆਂ ਤਰਨ ਤਾਰਨ ਦੀਆਂ ਮੜੀਆਂ ਨਾ, ਉਹਦੇ ਵਿੱਚ ਬੜੇ ਪਾਪਾ ਜੀ ਸਾਈਕਲ 'ਤੇ ਭੱਜ ਕੇ ਗਏ, ਮੈਂ ਪਤਾ ਕਰਕੇ ਆਵਾਂ। ਉੱਥੇ ਇੱਕ ਕੋਈ ਗੁਲਸ਼ਨ ਕੁਮਾਰ ਨੂੰ ਜਾਣਦਾ, ਕੋਈ ਸਬਜ਼ੀ ਲੈਂਦਾ ਸੀ, ਉਹਨੇ ਦੱਸਿਆ ਵੀ ਪਾਪਾ ਜੀ ਮੈਂ ਗੁਲਸ਼ਨ ਕੁਮਾਰ ਨੂੰ ਜਾਣਦਾ, ਬਾਕੀ ਇਹਨਾਂ ਨੂੰ ਮੈਂ ਚੋਵਾਂ ਤਿੰਨਾਂ ਮੁੰਡਿਆਂ ਨੂੰ ਜਾਣਦਾ। ਤੁਸੀਂ ਕਦੋਂ ਕੋਰਟ ਦਾ ਰੁਕੇ ਅਤੇ ਕਿਹੜੇ ਕਿਹੜੇ ਪੁਲਿਸ ਅਧਿਕਾਰੀ ਕੇਸ ਦੇ ਕਾਂਡੇ ਜਾਣਦੇ? ਇਹ ਤਾਂ ਦਲਬਾਤ ਸਿੰਘ ਡੀ ਐਸ ਪੀ, ਹੋਰ ਵੀ ਇੱਕ ਤਿੰਨ ਹੋਰ ਮੈਨੂੰ ਪਤਾ ਕਿਹੜੇ ਕਿਹੜੇ ਭਾਅ ਜੀ, ਹਾਂ ਗੁਰਭਜਨ ਸਿੰਘ ਸੀ, ਅਤੇ ਦੂਜਾ ਨੇ ਮੈਨੂੰ ਨਾਂ ਦਾ ਨਹੀਂ ਪਤਾ ਕਿਹੜੇ ਕਿਹੜੇ। ਅੱਜ ਉਹ 30 ਸਾਲ ਬਾਅਦ ਫੈਸਲਾ ਆਇਆ, ਤੁਸੀਂ ਇਸ ਫੈਸਲੇ ਨਾਲ ਸੰਤੁਸ਼ਟ? ਨਹੀਂ ਜੀ। ਕੀ ਚਾਹੁੰਦੇ ਹੋ? ਇਹਨਾਂ ਚਾਹੁੰਦੇ ਜਿਹੜੀ ਸਜ਼ਾ ਘੱਟ ਹੋਈ, ਇਹਨਾਂ ਦੋਨੋਂ ਫਾਂਸੀ ਹੋਣੀ ਚਾਹੀਦੀ ਸੀ। ਹਾਂਜੀ, ਉਹ ਫਿਰ ਵੇਖਾਂਗੇ, ਕਰਾਂਗੇ ਅੱਜ ਕੱਲ੍ਹ। ਤਕਰੀਬਨ ਸੁਣਨ 'ਚ ਆਇਆ ਕਿ ਤੁਹਾਡੇ ਫਾਦਰ ਦਾ ਵੀ ਕੇਸ ਦੇ ਟ੍ਰਾਇਲ ਦੇ ਦੌਰਾਨ ਤੁਹਾਡੇ ਬ੍ਰਦਰ ਦੀ ਵੀ ਡੈਥ ਹੋ ਗਈ। ਹਾਂਜੀ, ਹੋ ਗਈ ਜੀ। ਕੀ ਉਹਨਾਂ ਨੇ ਕੋਈ, ਉਹ ਜਿਸ ਤਰ੍ਹਾਂ ਪਾਪਾ ਜੀ ਕੇਸ ਲੜਦੇ ਲੜਦੇ ਨੰਗੀ ਪੈ ਰਹੀ, ਉਹ ਪੂਰੇ ਹੋ ਗਏ। ਉਸ ਤੋਂ ਬਾਅਦ ਮੇਰੇ ਤੋਂ ਛੋਟਾ ਸੀ, ਉਹ ਕੇਸ ਲੜਦਿਆਂ ਲੜਦਿਆਂ ਉਹ ਵੀ ਪੂਰਾ ਹੋ ਗਿਆ, ਕਿਤੇ ਨਾ ਕਿਤੇ ਤਾਂ। ਅਤੇ ਉਹਦੇ ਟੈਨਸ਼ਨ ਛੱਡੀ ਨਹੀਂ ਗੁੜੀਆ, ਜਿਹਨੂੰ ਚੁੱਕ ਕੇ ਲਿਆ ਚੱਲੇ ਸੀ, ਉਹ ਵੀ ਪੂਰੀ ਹੋ ਗਈ। ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਅਦਾਲਤ ਵੱਲੋਂ ਮਲਮ ਰੱਖੀ ਗਈ ਹੈ ਜਿਹੜੇ ਜ਼ਖਮ ਦਿੱਤੇ ਗਏ ਸੀ ਉਹਨਾਂ ਵੱਲੋਂ? ਹਾਂਜੀ, ਮਲਮ ਲੱਗੀ ਆਪਾਂ ਨੂੰ ਇਹ? ਵੇਖੋ, 30 ਸਾਲ ਨੀ ਜੀ, 31 ਸਾਲ ਹੋ ਗਏ ਆ। ਇਹ 22/6/1993 ਦਾ ਮਾਮਲਾ ਵਾ, ਤੇ ਅੱਜ ਜਿਹੜੀ ਆ 7/6/2024 ਆ ਗਈ ਆ, ਇਹਨੂੰ 31 ਸਾਲ ਪੂਰੇ ਹੋ ਗਏ ਆ। 22/6/1993 ਨੂੰ ਜਿਹੜਾ ਡੀ ਐਸ ਪੀ ਦਿਲਬਾਗ ਸਿੰਘ ਸੀ ਤਰਨ ਤਾਰਨ, ਵਿਦ ਪੁਲਿਸ ਪਾਰਟੀ ਸਿਟੀ ਥਾਣਾ ਤਰਨ ਤਾਰਨ ਨੂੰ ਨਾਲ ਲੈ ਕੇ ਰਾਤ 10 ਵਜੇ ਚਮਨ ਲਾਲ ਦੇ ਘਰ ਛਾਪਾ ਮਾਰਦਾ ਵਾ, ਅਤੇ ਉਹਦੇ 3 ਬੇਟਿਆਂ ਅਤੇ ਉਹਨੂੰ ਜਿਹੜਾ ਅਰੈਸਟ ਕਰਕੇ ਥਾਣਾ ਸਿਟੀ ਦੇ ਵਿੱਚ ਲੈ ਜਾਂਦਾ। ਪਹਿਲਾਂ ਉਹਨਾਂ ਨੂੰ ਘਰ ਜਾ ਕੇ ਉੱਥੇ ਕੁੱਟਦੇ ਆ, ਫਿਰ ਉਹਨਾਂ ਨੂੰ ਉੱਥੋਂ ਅਰੈਸਟ ਕਰਕੇ ਥਾਣਾ ਸਿਟੀ ਦੇ ਵਿੱਚ ਲੈ ਜਾਂਦੇ ਆ, ਅਤੇ 1 ਮਹੀਨਾ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਿਰਾਸ ਦੇ ਵਿੱਚ ਰੱਖ ਕੇ, ਕੁਛ ਟਾਈਮ ਚਮਨ ਲਾਲ ਨੂੰ ਰੱਖਿਆ, ਕੁਛ ਟਾਈਮ ਪ੍ਰਵੀਨ ਕੁਮਾਰ ਨੂੰ ਰੱਖਿਆ, ਕੁਛ ਟਾਈਮ ਬੋਬੀ ਨੂੰ ਰੱਖਿਆ। ਇਹਨਾਂ ਨੂੰ ਵੱਖ ਵੱਖ ਟਾਈਮ ਦੇ ਵਿੱਚ ਛੱਡਦੇ ਰਹੇ,
ਤੇ ਇੱਕ ਮਹੀਨਾ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖ ਕੇ 22/7/1993 ਨੂੰ ਜਿਹੜੇ ਤਿੰਨ ਹੋਰ ਮੁੰਡਿਆਂ ਦੇ ਨਾਲ, ਦੋ ਜੀਰੇ ਦੇ ਅਤੇ ਇੱਕ ਜੰਡਿਆਲਾ ਸਾਈਡ ਦਾ ਸੀ, ਜਿਹਦੇ 'ਚ ਇੱਕ ਦਾ ਨਾਂ ਜਰਨੈਲ ਸਿੰਘ ਕਰਨੈਲ ਸਿੰਘ ਅਤੇ ਇੱਕ ਦਾ ਮੈਨੂੰ ਨਾਂ ਭੁੱਲ ਗਿਆ, ਅਤੇ ਤਿੰਨਾਂ ਦੇ ਨਾਲ ਉਹਦਾ ਜਿਹੜਾ ਪਿੰਡ ਭਲਾ ਸੌਰ ਦੀ ਪੁਲੀ ਦੇ ਉੱਤੇ ਉਹਨਾਂ ਦਾ ਝੂਠਾ ਮੁਕਾਬਲਾ ਬਣਾ ਕੇ ਅਤੇ ਉਹਨੂੰ ਜੈਨੂਅਨ ਦੱਸਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ। ਪਰ ਜਿਹੜਾ ਗੁਲਸ਼ਨ ਕੁਮਾਰ ਦਾ ਫਾਦਰ ਚੰਮਨ ਲਾਲ ਸੀ, ਉਹ ਬਹੁਤ ਅਣਖੀ ਬੰਦਾ ਸੀ। ਉਹਨੇ ਇਹ ਠਾਣ ਲਈ ਵੀ ਮੈਂ ਇਸ ਕੇਸ ਦੇ ਵਿੱਚ ਜਿਹੜਾ ਇਨਸਾਫ ਲੈ ਕੇ ਰਹਿਣਾ ਵਾ। ਉਹਨੇ ਵੱਖ ਵੱਖ ਅਥਾਰਟੀਜ਼ ਨੂੰ ਜਿਹੜੀਆਂ ਐਪਲੀਕੇਸ਼ਨ ਦਿੱਤੀਆਂ ਇਹ ਝੂਠੇ ਮੁਕਾਬਲੇ ਬਾਰੇ, ਅਤੇ ਇਹ ਦੱਸਿਆ ਵੀ ਜਿਹੜਾ ਗੁਲਸ਼ਨ ਕੁਮਾਰ ਸੀ ਉਹਨੂੰ ਤਾਂ ਇੱਕ ਮਹੀਨਾ ਪਹਿਲਾਂ ਹੀ ਪੁਲਿਸ ਨੇ ਅਰੈਸਟ ਕਰਕੇ ਰੱਖਿਆ ਸੀ, ਅਤੇ ਦੂਜੇ ਤਿੰਨ ਬੰਦਿਆਂ ਨੂੰ ਵੀ ਜਿਹੜੇ ਸੀ ਉਹਨਾਂ ਨੂੰ ਵੀ ਕਈ ਦਿਨ ਪਹਿਲਾਂ ਅਰੈਸਟ ਕਰਕੇ ਉਹ ਥਾਣੇ ਦੇ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ 1995 ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਵਾਲੀ ਰਿੱਟ ਪਟੀਸ਼ਨ ਤੋਂ ਬਾਅਦ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ CBI ਕੋਲ ਜਾਂਦੀ ਹੈ, ਅਤੇ CBI ਇਹਦੇ ਵਿੱਚ 1997 ਦੇ ਵਿੱਚ FIR ਰਜਿਸਟਰਡ ਕਰਦੀ ਆ, ਅਤੇ 1999 ਦੇ ਵਿੱਚ ਇਹਦਾ ਚਲਾਣ ਆਉਂਦਾ 5 ਬੰਦਿਆਂ ਦੇ ਖਿਲਾਫ, ਅਤੇ ਜਿਨ੍ਹਾਂ ਦੀ ਜਿਹੜੇ 5 ਅਕਿਊਜ਼ਡ ਸੀ ਉਹਨਾਂ ਦੀ 3 ਦੀ ਤਾਂ ਟ੍ਰਾਇਲ ਦੌਰਾਨ ਹੀ ਡੈਥ ਹੋ ਜਾਂਦੀ ਆ, ਅਤੇ 2 ਨੂੰ ਅੱਜ, 1 ਨੂੰ 364 ਦੇ ਵਿੱਚ 7 ਸਾਲ ਅਤੇ 302 ਦੇ ਵਿੱਚ ਜਿਹੜੀ ਆ ਉਮਰ ਕੈਦ ਦੀ ਜਿਹੜੀ ਸਜ਼ਾ ਹੋਈ ਆ। ਇਹਦੇ ਵਿੱਚ ਵੱਡੀ ਗੱਲ ਇਹ ਵੇਖਣ ਵਾਲੀ ਆ ਕਿ ਇਹ ਜਿਹੜਾ ਕੇਸ ਆ 16 ਸਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇਅ ਰਿਹਾ ਵਾ। 2016 ਦੇ ਵਿੱਚ ਸਟੇਅ ਵਕੇਟ ਹੋਣ ਤੋਂ ਬਾਅਦ ਵੀ ਜਿਹੜੇ ਪੁਲਿਸ ਮੁਲਾਜ਼ਮ ਅਕਿਊਜ਼ਡ ਬਣੇ ਸੀ, ਕਿਉਂਕਿ ਉਹ ਅਹੁਦਿਆਂ ਦੇ ਉੱਤੇ ਹੀ ਜਿਹੜਾ DSP ਦਿਲਬਾਗ ਸਿੰਘ ਸੀ, DIG ਪ੍ਰਮੋਟ ਹੋ ਗਿਆ ਸੀ, ਅਤੇ ਜਿਹੜਾ SHO ਗੁਰਬਚਨ ਸਿੰਘ ਸੀ ਉਹ ਵੀ DSP ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕਾ, ਪੂਰੇ ਆਪਣੇ ਬੈਨੀਫਿਟ ਲੈ ਕੇ ਆਪਣੀ ਸਰਵਿਸ ਦੇ ਜਿੰਨੀਆਂ ਵੀ ਸੁੱਖ ਸਹੂਲਤਾਂ ਉਹਨਾਂ ਲਈਆਂ ਅਤੇ ਬਾ ਇਸਤ ਰਿਟਾਇਰ ਹੋਏ। ਅਤੇ ਇਹ ਜਿਹੜਾ ਕ੍ਰਾਈਮ 31 ਸਾਲ ਉਹਨਾਂ ਨੇ ਪਹਿਲਾਂ ਕੀਤਾ ਸੀ, ਜਿਹਦੀ ਸਜ਼ਾ ਉਹਨਾਂ ਨੂੰ ਉਸ ਟਾਈਮ ਮਿਲਦੀ ਅਤੇ ਜਿਹੜੀ ਉਹਨਾਂ ਦੀ ਸਰਵਿਸ ਦੇ ਵਿੱਚ ਜਿੰਨੇ ਬੈਨੀਫਿਟ ਸੀ ਉਹ ਕੱਟੇ ਜਾਣੇ ਸੀ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਪਤਾ ਲੱਗਣਾ ਸੀ ਵੀ ਕ੍ਰਾਈਮ ਕਰਨ ਦਾ ਕੀ ਮਤਲਬ ਹੁੰਦਾ ਵਾ। ਜਿਹੜੇ ਬੰਦੇ ਨੇ ਕ੍ਰਾਈਮ ਰੋਕਣਾ ਹੁੰਦਾ, ਕਾਨੂੰਨ ਦੀ ਜਿਹੜਾ ਕਾਨੂੰਨ ਦਾ ਰਖਵਾਲਾ ਹੁੰਦਾ ਉਹਦੇ ਵੱਲੋਂ ਇਹ ਕ੍ਰਾਈਮ ਕੀਤਾ ਗਿਆ, ਅਤੇ ਅੱਜ 31 ਸਾਲ ਬਾਅਦ ਸਾਡੀ ਕੋਰਟਾਂ ਦੀ ਢਿੱਲੀ ਪ੍ਰੋਸੀਡਿੰਗ ਦਾ ਕਰਕੇ 31 ਸਾਲ ਬਾਅਦ ਜਿਹੜਾ ਫੈਸਲਾ ਆਇਆ ਗਿਆ, ਅਤੇ ਉਹਦੇ ਵਿੱਚ ਵੀ 364 ਦੇ ਵਿੱਚ ਸਜ਼ਾ ਜਿਹੜੀ ਆ 7 ਸਾਲ ਸੁਣਾਈ ਗਈ ਆ। ਇਹਨੂੰ ਇਸ ਪੱਖ ਤੋਂ ਲੈਣਾ ਕਿ ਇਹ ਕੋਈ ਆਮ ਕ੍ਰਾਈਮ ਨਹੀਂ, ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਕਿਡਨੈਪ ਕਰ ਲਿਆ ਅਤੇ ਉਹਦੇ 'ਚ 7 ਸਾਲ ਉਹਨੂੰ ਸਜ਼ਾ ਸੁਣਾ ਦਿੱਤੀ। ਇਹ ਇੱਕ ਜਿਹੜਾ ਕਾਨੂੰਨ ਦਾ ਰਖਵਾਲਾ ਸੀ, ਪੂਰੇ ਜ਼ਿਲ੍ਹੇ ਦਾ SP ਉਸ ਟਾਈਮ ਦਿਲਬਾਗ ਸਿੰਘ, ਉਹਨੇ ਕਾਨੂੰਨ ਦੀ ਰੱਖਿਆ ਕਰਨੀ ਸੀ। ਉਹਦੀ ਅਗਵਾਈ ਦੇ ਵਿੱਚ ਪੂਰੀ ਪੁਲਿਸ ਪਾਰਟੀ ਨੇ 4 ਬੰਦਿਆਂ ਨੂੰ ਅਰੈਸਟ ਕੀਤਾ, 3 ਬੰਦਿਆਂ ਦੂਜਿਆਂ ਨੂੰ ਵੀ ਵੱਖ ਵੱਖ ਥਾਵਾਂ ਤੋਂ ਚੁੱਕ ਕੇ 1 ਮਹੀਨਾ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ, ਉਹਨਾਂ ਨੂੰ ਕੁੱਟਿਆ ਮਾਰਿਆ ਅਤੇ ਵੱਖ ਵੱਖ ਤਰ੍ਹਾਂ ਦੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ, ਪਰਿਵਾਰਾਂ ਨੂੰ ਹਰਾਸਮੈਂਟ ਕੀਤਾ, ਉਹਨਾਂ ਕੋਲ ਪੈਸੇ ਲੈਣ ਦੀ ਕੋਸ਼ਿਸ਼ ਕੀਤੀ, ਗਰੀਬ ਪਰਿਵਾਰਾਂ ਕੋਲ ਪੈਸੇ ਨਹੀਂ ਮਿਲੇ। ਵੱਡੀ ਗੱਲ ਇਹ ਆ ਵੀ ਸਿੱਖ ਪਰਿਵਾਰਾਂ ਨੂੰ ਤਾਂ ਅੱਤਵਾਦੀ ਦਰਸਾਇਆ ਜਾਂਦਾ ਸੀ, ਪਰ ਇੱਕ ਹਿੰਦੂ ਖੱਤਰੀ ਪਰਿਵਾਰ ਸੀ ਜਿਹੜਾ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ, ਅਤੇ ਉਹਨਾਂ ਨੂੰ ਪਹਿਲਾਂ ਤਾਂ ਲਟੇਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਫਾਈਲਾਂ ਦੇ ਵਿੱਚ, ਅਤੇ ਜਦੋਂ ਉਹਨਾਂ ਦਾ ਇਨਕਾਊਂਟਰ ਬਣਾਇਆ ਗਿਆ
ਅਤੇ ਫਿਰ ਆਪਣੀਆਂ ਮੋਢੇ ਦੀਆਂ ਫੀਤੀਆਂ ਵਧਾਉਣ ਦਾ ਵਾਸਤੇ ਉਹਨਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ, ਜਿਹੜੀਆਂ ਇਹਨਾਂ ਦੀਆਂ ਆਪਣੀਆਂ ਹੀ ਗਲਤ ਫਾਈਲਾਂ ਬਣਾਈਆਂ ਹੋਈਆਂ ਕੋਰਟ ਦੇ ਵਿੱਚ, ਇਹਨਾਂ ਦੀ ਜਿਹੜਾ ਵਾ ਉਹ ਫਾਂਸੀ ਦਾ ਫੰਦਾ ਗਲੇ ਦਾ ਫੰਦਾ ਬਣੇ ਅਤੇ ਇਹਨਾਂ ਨੂੰ ਅੱਜ ਜਿਹੜੀ ਸਜ਼ਾ ਹੋਈ ਆ। ਪਰ ਸਜ਼ਾ ਜਿਹੜੀ 7 ਸਾਲ ਹੋਈ ਆ, ਇਹਨੂੰ ਆਮ ਕ੍ਰਾਈਮ ਦੇ ਤੌਰ ਦੇ ਉੱਤੇ ਵੇਖਣਾ ਇਹ ਬਹੁਤ ਸਾਡੇ ਗਲੇ ਤੋਂ ਠਾਂ ਨਹੀਂ ਲੰਘ ਰਿਹਾ, ਕਿਉਂਕਿ ਜਿਹੜਾ ਇੱਕ DSP ਜਾਂ SP ਉਸ ਟਾਈਮ ਜ਼ਿਲ੍ਹੇ ਦੀ ਫੋਰਸ ਦਾ ਮਾਲਕ ਸੀ, ਜੇ ਉਹ ਇਹੋ ਜਿਹਾ ਕ੍ਰਾਈਮ ਕਰਦਾ ਜਿਹਨੇ ਪੂਰੀ ਲਕਾਈ ਦਾ ਕਾਨੂੰਨ ਦੀ ਸਥਿਤੀ ਨੂੰ ਉਹਨੇ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਹੈ, ਜੇ ਉਹ ਕਾਨੂੰਨ ਹੱਥ 'ਚ ਲੈ ਰਿਹਾ ਤਾਂ ਇਹੋ ਜਿਹੇ ਬੰਦੇ ਨੂੰ ਤਾਂ ਉਮਰ ਕੈਦ ਹੋਣੀ ਚਾਹੀਦੀ ਸੀ। ਇਹ ਇੰਨੀ ਸਜ਼ਾ ਘੱਟ ਹੋਈ ਆ, ਜੇ ਜੱਜਮੈਂਟ ਆਉਂਦੀ ਹੈ ਪੜ੍ਹ ਕੇ ਅਤੇ ਗਾਂਹ ਇਹਦਾ ਵੇਖਦੇ ਹਾਂ ਵੀ ਅਪੀਲ ਦੇ ਵਿੱਚ ਜਾ ਕੇ ਇਹਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ।